ਕੱਲ ਸਾਨੂੰ ਕੋਈ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਜਿਸ ਤਹਿਤ ਅਸੀਂ ਏਐਸਆਈ ਦੀਵਾਨ ਚੰਦ ਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 345 ਇਮੋਰਲ ਟ੍ਰੈਫਿਕਿੰਗ ਐਕਟ। ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਇੱਥੇ ਕਿੰਗਸ ਨਾਮ ਦਾ ਸਪਾ ਹੈਗਾ ਜੀ, ਜਿੱਥੇ ਸਪਾ ਦੇ ਨਾਮ 'ਤੇ ਬੜਾ ਗਲਤ ਕੰਮ ਹੁੰਦਾ ਸੀ, ਜਿਸਮ ਪਰੋਸੀ ਦਾ ਕੰਮ ਹੁੰਦਾ ਸੀ, ਚਕਲਾ ਚੱਲਦਾ ਕਹਿ ਸਕਦੇ ਹਾਂ ਆਪਾਂ। ਉਸ ਦੇ ਵਿੱਚ ਅਸੀਂ ਕੁੱਲ 6 ਜਣਿਆਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ 2 ਲੇਡੀਜ਼ ਅਤੇ 4 ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ। ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਹਾ ਸੀ, ਇੱਥੇ ਕੀ ਕੰਮ ਹੁੰਦੇ ਸੀ, ਕੋਈ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ, ਜਾਂ ਕੌਣ ਕੌਣ ਬੰਦੇ ਆਉਂਦੇ ਸੀ, ਇਹਨਾਂ ਦਾ ਓਨਰ ਕੌਣ ਹੈਗਾ, ਇੱਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹੈਗੇ। ਸਾਰੇ ਬੰਦੇ ਅਰੈਸਟ ਹੋ ਕੇ ਰਹਿੰਦਾ ਜੀ ਫਿਲਹਾਲ? ਫੋਰ ਦਾ ਟਾਈਮ ਬੀਂਗ ਜਿੰਨਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ। ਬੜੀ ਸਿੰਪਲ ਜੀ ਗੱਲ ਆ ਜੀ, ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ, ਕੰਸਰਨ ਡਿਪਾਰਟਮੈਂਟ ਦੇ ਲਾਇਸੈਂਸ, ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ, ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਚੱਲਦੇ, ਕੋਈ ਸਪਾ ਸੈਂਟਰ ਲਾ ਲਓ, ਕੋਈ ਸਲੂਨ ਲਾ ਲਓ, ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ, ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਅਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ, ਅਦਰਵਾਈਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਡੇ ਬਾਈ ਡੇ ਹੁੰਦੀ ਰਹੂ। ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀ? 2 ਲੇਡੀਜ਼ ਗ੍ਰਿਫਤਾਰ।